ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ 'ਤੇ ਇਸ ਵੇਲੇ ਦੀ ਵੱਡੀ ਖਬਰ ਜੁੜੀ ਹੋਈ ਹੈ ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਦੇ ਨਾਲ। ਤੁਹਾਨੂੰ ਦੱਸ ਦਈਏ ਕਿ ਹਾਈਕੋਰਟ ਦੇ ਵੱਲੋਂ ਸਖ਼ਤ ਰੁੱਖ ਅਪਣਾਇਆ ਗਿਆ ਅਤੇ ਵੱਡੇ ਹੁਕਮ ਜਾਰੀ ਕਰ ਦਿੱਤੇ ਗਏ ਨੇ। ਹਾਈਕੋਰਟ ਨੇ ਆਖਿਆ ਹੈ ਕਿ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੋਂ ਲਾਰੈਂਸ ਦੀ ਇੰਟਰਵਿਊ ਨੂੰ ਹਟਾ ਦਿੱਤਾ ਜਾਵੇ ਅਤੇ ਉਸ ਤੋਂ ਬਾਅਦ ਦੇ ਵਿੱਚ ਨਾਲ ਦੀ ਨਾਲ ਹੁਕਮਾਂ ਦੀ ਤਾਕੀਦ ਕਰਦੇ ਹੋਏ ਇਹ ਜਿੰਨੇ ਵੀ ਸੋਸ਼ਲ ਮੀਡੀਆ ਚੈਨਲਾਂ ਦੇ ਉੱਤੇ ਜਾਂ ਨਿੱਜੀ ਚੈਨਲ ਦੇ ਉੱਤੇ ਇੰਟਰਵਿਊ ਪ੍ਰਸਾਰਿਤ ਹੋਈ ਸੀ ਜਾਂ ਬਾਅਦ ਦੇ ਵਿੱਚ ਅਪਲੋਡ ਕਰਕੇ ਰੱਖੀ ਗਈ ਸੀ, ਸਾਰੇ ਕਿਤਿਓਂ ਹੁਣ ਤੱਕ ਇੰਟਰਵਿਊ ਆ ਜਿਹੜੀ ਉਹ ਹਟਾ ਦਿੱਤੀ ਗਈ ਹੈ। ਦੱਸ ਦਈਏ ਕਿ ਇਸ ਇੰਟਰਵਿਊ ਨੂੰ ਹਟਾਉਣ ਦੇ ਲਈ ਇਸ ਤੋਂ ਪਹਿਲਾਂ ਵੀ ਵੱਡੇ ਪੱਧਰ ਦੇ ਉੱਤੇ ਆਵਾਜ਼ ਉੱਠਦੀ ਰਹੀ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ ਲਗਾਤਾਰ ਹਰ ਐਤਵਾਰ ਜਦੋਂ ਉਹ ਲੋਕਾਂ ਦੇ ਨਾਲ ਮਿਲਦੇ ਹੁੰਦੇ ਸੀ ਉਸ ਵੇਲੇ ਇਹੀ ਬਿਆਨ ਦਿੰਦੇ ਹੁੰਦੇ ਸੀ ਕਿ ਲਾਰੈਂਸ ਦੀ ਇੰਟਰਵਿਊ ਨੂੰ ਅਜੇ ਤੱਕ ਨਹੀਂ ਹਟਾਇਆ ਗਿਆ, ਉਹਨੂੰ ਹਟਾਇਆ ਜਾਣਾ ਚਾਹੀਦਾ। ਤਾਂ ਫਿਰ ਆਖਿਰਕਾਰ ਹੁਣ ਉਹਨਾਂ ਦੀਆਂ ਆਸਾਂ ਨੂੰ ਬੂਰ ਪੈਂਦਾ ਦਿਖਾਈ ਦੇ ਰਿਹਾ ਅਤੇ ਹਾਈਕੋਰਟ ਦੇ ਵੱਲੋਂ ਤਿੱਖੇ ਤੇਵਰ ਦਿਖਾਏ ਜਾਣ ਤੋਂ ਬਾਅਦ ਦੇ ਵਿੱਚ ਇੰਟਰਵਿਊ ਨੂੰ ਉਸ ਨਿੱਜੀ ਚੈਨਲ ਦੇ ਉੱਤੋਂ ਵੀ ਹਟਾ ਦਿੱਤਾ ਗਿਆ ਅਤੇ ਬਾਕੀ ਹੋਰ ਜਿੱਥੇ ਵੀ ਸੋਸ਼ਲ ਮੀਡੀਆ ਦੇ ਉੱਤੇ ਉਸ ਇੰਟਰਵਿਊ ਨੂੰ ਸਰਕੂਲੇਟ ਕੀਤਾ ਗਿਆ ਸੀ ਸਾਰੇ ਕਿਤਿਓਂ ਹੁਣ ਦੇ ਲਈ ਉਸ ਨੂੰ ਡਿਲੀਟ ਕਰ ਦਿੱਤਾ ਗਿਆ ਹੈ, ਉੱਥੋਂ ਹਟਾ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ ਨਾਲ ਦੀ ਨਾਲ ਹਾਈਕੋਰਟ ਦੇ ਵੱਲੋਂ ਪੰਜਾਬ ਦੇ ਜੇਲ੍ਹ ਤੰਤਰ ਦੇ ਉੱਤੇ ਵੀ ਵੱਡੇ ਸਵਾਲ ਚੁੱਕੇ ਗਏ ਹੈ। ਜਿਹੜੇ ਸਰਕਾਰੀ ਵਕੀਲ ਪੇਸ਼ ਹੋਏ ਸੀ ਉਹਨਾਂ ਨੂੰ ਆਖਿਆ ਗਿਆ ਕਿ ਜੇਲ੍ਹ ਦਾ ਜਿਹੜਾ ਤੰਤਰ ਹੈ ਉਹ ਆਖਿਰਕਾਰ ਕਦੋਂ ਤੱਕ ਸੁਧਰੇਗਾ। ਜੇਲ੍ਹ ਦੇ ਵਿੱਚੋਂ ਇੰਟਰਵਿਊ ਹੋ ਜਾਂਦੀਆਂ ਨੇ, ਜੇਲ੍ਹ ਦੇ ਵਿੱਚੋਂ ਬੈਠ ਕੇ ਕਤਲਾਂ ਦੀ ਪਲਾਨਿੰਗ ਹੋ ਜਾਂਦੀ ਹੈ, ਜੇਲ੍ਹ ਦੇ ਵਿੱਚ ਨਸ਼ਾ ਚੱਲਿਆ ਜਾਂਦਾ, ਜੇਲ੍ਹ 'ਚ ਮੋਬਾਈਲ ਫੋਨ ਚਲੇ ਜਾਂਦੇ ਆ, ਜੇਲ੍ਹਾਂ ਦੇ ਅੰਦਰ ਹੀ ਕਤਲ ਵੀ ਹੋ ਜਾਂਦੇ ਆ, ਜੇਲ੍ਹਾਂ 'ਚ ਲੜਾਈ ਝਗੜੇ ਹੋ ਜਾਂਦੇ ਆ, ਕਿ ਇਹ ਸਭ ਕੁਝ ਆਖਿਰਕਾਰ ਕਦੋਂ ਹਟੇਗਾ। ਅਤੇ ਇਸ ਦੇ ਉੱਤੇ ਸਰਕਾਰੀ ਵਕੀਲ ਨੇ ਇੱਕ ਸਾਲ ਦਾ ਸਮਾਂ ਮੰਗਿਆ। ਜਿਸ ਤਰੀਕੇ ਦੀ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਆ ਰਹੀ ਹੈ ਕਿ ਸਰਕਾਰੀ ਵਕੀਲ ਨੇ ਆਖਿਆ ਕਿ ਸਾਨੂੰ ਇੱਕ ਸਾਲ ਦਾ ਸਮਾਂ ਚਾਹੀਦਾ, ਪਰ ਹਾਈਕੋਰਟ ਨੇ ਉੱਥੇ ਵੀ ਸਰਕਾਰੀ ਵਕੀਲ ਦੀ ਦਲੀਲ ਦੇ ਉੱਤੇ ਸਵਾਲ ਖੜ੍ਹੇ ਕੀਤੇ ਆ ਅਤੇ ਆਖਿਆ ਹੈ ਕਿ ਅਗਲੀ ਤਰੀਕ ਤੱਕ ਸਾਡੇ ਸਾਹਮਣੇ ਜਦੋਂ ਤੁਸੀਂ ਪੇਸ਼ ਹੋਵੋਗੇ ਪੰਜਾਬ ਸਰਕਾਰ ਨੂੰ ਇਹ ਹੁਕਮ ਦਿੱਤੇ ਗਏ ਹੈ ਕਿ ਇੱਕ ਖਰੜਾ ਤਿਆਰ ਕਰਕੇ ਲਿਆਂਦਾ ਜਾਵੇ। ਤੁਹਾਡਾ ਪਲਾਨ ਕੀ ਹੋਏਗਾ, ਕਿਸ ਤਰੀਕੇ ਦੇ ਨਾਲ ਤੁਸੀਂ ਇਸ ਮੁਸ਼ਕਲ ਨੂੰ ਤੁਸੀਂ ਹੱਲ ਕਰੋਗੇ, ਕਿਵੇਂ ਇਸ ਪ੍ਰੋਬਲਮ ਨੂੰ ਟੈਕਲ ਕਰੋਗੇ, ਇਹਦੇ ਬਾਬਤ ਪੂਰਾ ਇੱਕ ਖਰੜਾ ਤਿਆਰ ਕਰਕੇ ਲਿਆਂਦਾ ਜਾਵੇ, ਸਾਨੂੰ ਇੱਥੇ ਦਿਖਾਇਆ ਜਾਵੇ, ਫਿਰ ਉਹਦੇ 'ਤੇ ਧਿਆਨ ਦੇ ਕੇ ਉਦੋਂ ਬਾਅਦ ਦੇ ਵਿੱਚ ਉਹ ਦੱਸਾਂਗੇ ਕਿ ਤੁਹਾਨੂੰ ਇੱਕ ਸਾਲ ਦਾ ਸਮਾਂ ਜਿਹੜਾ ਉਹ ਦਿੱਤਾ ਜਾਵੇ ਜਾਂ ਫਿਰ ਨਾ ਦਿੱਤਾ ਜਾਵੇ। ਵੱਡੀ ਖਬਰ ਇਸ ਵੇਲੇ ਦੀ ਤੁਹਾਨੂੰ ਦੱਸ ਦਈਏ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਜਿਹੜੀ ਲਗਾਤਾਰ ਵਿਵਾਦਾਂ ਦੇ ਘੇਰੇ ਦੇ ਵਿੱਚ ਘਿਰੀ ਹੋਈ ਸੀ, ਮਾਰਚ ਮਹੀਨੇ ਦੇ ਵਿੱਚ ਇੰਟਰਵਿਊ ਹੁੰਦੀ ਹੈ ਅਤੇ ਉਸ ਤੋਂ ਬਾਅਦ ਦੇ ਵਿੱਚ ਇਸ ਇੰਟਰਵਿਊ ਨੂੰ ਲੈ ਕੇ ਵੱਡੇ ਵਿਵਾਦ ਖੜ੍ਹੇ ਹੋਏ ਕਿ ਆਖਿਰਕਾਰ ਸਰਕਾਰ ਦੀ ਨਿਗਾਹ ਦੇ ਵਿੱਚ ਜਿਹੜਾ ਅਪਰਾਧੀ ਹੈਗਾ ਉਹ ਜੇਲ੍ਹ ਦੇ ਵਿੱਚ ਬੈਠ ਕੇ ਕਿਵੇਂ ਇੰਟਰਵਿਊ ਦੇ ਸਕਦਾ। ਉਸ ਵੇਲੇ ਪੰਜਾਬ ਸਰਕਾਰ ਫਸਦੀ ਦਿਖਾਈ ਦਿੱਤੀ ਸੀ, ਪਰ ਆਪਣੇ ਬਚਾਅ ਦੇ ਵਿੱਚ ਸਰਕਾਰ ਨੇ ਆਖਿਆ ਕਿ ਇਹ ਜੇਲ੍ਹ ਦੇ ਵਿੱਚੋਂ ਇੰਟਰਵਿਊ ਪੰਜਾਬ ਦੀ ਜੇਲ੍ਹ ਦੇ ਵਿੱਚੋਂ ਤਾਂ ਇੰਟਰਵਿਊ ਨਹੀਂ ਹੋਈ ਹੈ। ਅਤੇ ਉਸ ਵੇਲੇ DGP ਪੰਜਾਬ ਜਿਹੜੇ ਮੀਡੀਆ ਸਾਹਮਣੇ ਆਉਂਦੇ ਆ ਲਾਰੈਂਸ ਬਿਸ਼ਨੋਈ ਦੀਆਂ ਦੋ ਫੋਟੋਆਂ ਲੈ ਕੇ ਆਉਂਦੇ ਆ ਅਤੇ ਦਿਖਾਉਂਦੇ ਆ ਕਿ ਇਸ ਤਰ੍ਹਾਂ ਦੀ ਦਿੱਖ ਹੈ ਅੱਜ ਦੀ ਘੜੀ ਲਾਰੈਂਸ ਬਿਸ਼ਨੋਈ ਦੀ, ਅਤੇ ਇੰਟਰਵਿਊ ਦੇ ਵਿੱਚ ਜਿਹੜਾ ਤੁਸੀਂ ਲਾਰੈਂਸ ਦਾ ਚਿਹਰਾ ਵੇਖਿਆ ਉਹ ਇਸ ਤੋਂ ਪਹਿਲਾਂ ਵੇਲੇ ਦਾ, ਅਤੇ ਹੁਣ ਸਾਡੇ ਕੋਲ ਲਾਰੈਂਸ ਇਸ ਤਰੀਕੇ ਦੇ ਨਾਲ ਰੱਖਿਆ ਹੋਇਆ, ਤਾਂ ਫਿਰ ਉਸ ਤੋਂ ਅਗਲੇ ਦਿਨ ਹੀ ਦੁਬਾਰਾ ਫਿਰ ਤੋਂ ਉਹੀ ਦਿੱਖ ਦੇ ਨਾਲ ਜਿਹੜੀ DGP ਪੰਜਾਬ ਗੌਰਵ ਯਾਦਵ ਹੋਰਾਂ ਦੇ ਵੱਲੋਂ ਮੀਡੀਆ ਸਾਹਮਣੇ ਸਾਂਝੀ ਕੀਤੀ ਗਈ ਸੀ ਉਹੀ ਦਿੱਖ ਦੇ ਨਾਲ ਇੱਕ ਹੋਰ ਇੰਟਰਵਿਊ ਪ੍ਰਸਾਰਿਤ ਹੋ ਜਾਂਦਾ ਹੈ ਉਸੇ ਨਿੱਜੀ ਚੈਨਲ ਦੇ ਉੱਤੋਂ ਜਿਸ ਦੇ ਉੱਤੋਂ ਪਹਿਲਾਂ ਇੰਟਰਵਿਊ ਪ੍ਰਸਾਰਿਤ ਹੋਇਆ ਸੀ। ਅਤੇ ਵੱਡੇ ਸਵਾਲ ਖੜ੍ਹੇ ਹੋ ਜਾਂਦੇ ਹੈ ਕਿਉਂਕਿ ਲਾਰੈਂਸ ਦੀ ਉਹੀ ਦਿੱਖ ਹੁੰਦੀ ਹੈ ਅਤੇ ਨਾਲ ਦੀ ਨਾਲ ਲਾਰੈਂਸ ਬੈਰਕ ਵੀ ਦਿਖਾਉਂਦਾ ਹੈ, ਉਹ ਬੈਰਕ ਵੀ ਦਿਖਾਉਂਦਾ ਜਿੱਥੇ ਬੈਠ ਕੇ ਇੰਟਰਵਿਊ ਦੇ ਰਿਹਾ ਹੁੰਦਾ। ਹਾਈ ਸਪੀਡ ਇੰਟਰਨੈਟ ਦੀ ਸਹੂਲਤ ਹੁੰਦੀ ਹੈ, ਹਾਈ ਡੈਫੀਨੇਸ਼ਨ ਕੈਮਰੇ ਦੀ ਸਹੂਲਤ ਹੁੰਦੀ ਹੈ,
ਜਦੋਂ ਜਿੰਨਾ ਟਾਈਮ ਇੰਟਰਵਿਊ ਚੱਲਦੀ ਹੈ ਕੋਈ ਵੀ ਉਸਨੂੰ ਆ ਕੇ ਇੰਟਰਪਟ ਨਹੀਂ ਕਰਦਾ, ਕੋਈ ਉਸਦੀ ਬੈਰਕ ਦੇ ਵਿੱਚ ਨਿਗਾਹ ਮਾਰ ਕੇ ਨਹੀਂ ਵੇਖਦਾ ਕਿ ਲਾਰੈਂਸ ਆਖਿਰਕਾਰ ਕਿਹਦੇ ਨਾਲ ਘੰਟੇ ਡੇਢ ਘੰਟੇ ਤੋਂ ਗੱਲ ਕਰ ਰਿਹਾ। ਇਹ ਸਾਰੇ ਵੱਡੇ ਸਵਾਲ ਖੜ੍ਹੇ ਹੋਏ ਸੀ। ਸਰਕਾਰ ਉਦੋਂ ਘਿਰ ਗਈ ਸੀ, ਜੇਲ੍ਹ ਦਾ ਜਿਹੜਾ ਤੰਤਰ ਹੈ ਉਹ ਵੀ ਉਦੋਂ ਘਿਰ ਗਿਆ ਸੀ। ਪਰ ਬਾਅਦ ਦੇ ਵਿੱਚ ਜਦੋਂ ਪੰਜਾਬ ਸਰਕਾਰ ਫਸੀ ਤਾਂ ਫਿਰ ਇਹ ਗੱਲ ਆਖ ਦਿੱਤੀ ਗਈ ਕਿ ਰਾਜਸਥਾਨ ਦੀ ਜੇਲ੍ਹ ਦੇ ਵਿੱਚੋਂ ਇੰਟਰਵਿਊ ਹੋਈ ਹੈ, ਅਤੇ ਰਾਜਸਥਾਨ ਦੀ ਜੇਲ੍ਹ ਦੇ ਬਾਬਤ ਵੀ ਹੁਣ ਜਿਹੜੀਆਂ ਕਾਰਵਾਈ ਦੇ ਕਾਗਜ਼ ਨੇ ਉਹ ਖੁੱਲ੍ਹ ਚੁੱਕੇ ਹੈ, ਅਤੇ ਉੱਧਰਲੇ ਪਾਸੇ ਨੂੰ ਵੀ ਜਿਹੜੀ ਟੀਮ ਬਣਾਈ ਗਈ ਹੈ ਇਨਵੈਸਟੀਗੇਸ਼ਨ ਕਰਨ ਵਾਲੀ ਉਹ ਉੱਧਰਲੇ ਪਾਸੇ ਨੂੰ ਵੀ ਨਜ਼ਰ ਮਾਰ ਕੇ ਵੇਖ ਰਹੀ ਹੈ ਕਿ ਕੀ ਸੱਚਮੁੱਚ ਉੱਥੇ ਇੰਟਰਵਿਊ ਹੋਈ ਸੀ ਜਾਂ ਫਿਰ ਪੰਜਾਬ ਵਾਲਿਆਂ ਪਾਸਿਓਂ ਪੂਰੇ ਜਿਹੜਾ ਕੇਸ ਹੈ ਇਹਨੂੰ ਮੈਨੂਪਲੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਤੇ ਹੁਣ ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ 'ਚ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੋਂ ਅਤੇ ਨਿੱਜੀ ਚੈਨਲ ਦੇ ਉੱਤੋਂ ਉਸ ਇੰਟਰਵਿਊ ਨੂੰ ਫਿਲਹਾਲ ਦੇ ਲਈ ਹਟਾ ਦਿੱਤਾ ਗਿਆ, ਕਿਉਂਕਿ ਹਾਈਕੋਰਟ ਦੇ ਵੱਲੋਂ ਸਖ਼ਤ ਨਿਰਦੇਸ਼ ਦਿੱਤੇ ਗਏ ਸੀ।